ਦੇਰ ਰਾਤ ਇੱਕ ਵੱਡਾ ਖੁਲਾਸਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਬਾਦਲਾਂ ਦੀ ਮਨਜੀਤ ਸਿੰਘ ਜੀਕੇ ਨਾਲ ਡੀਲ ਫਾਈਨਲ ਹੋ ਗਈ ਹੈ ਅਤੇ ਬਾਦਲਾਂ ਵੱਲੋਂ ਦਿੱਲੀ ਦੀ ਸੰਗਤ ਨਾਲ ਧੋਖਾ ਕੀਤਾ ਗਿਆ। ਸਰਨਾ ਮੁਤਾਬਕ ਇਹ ਡੀਲ ਜਿਹੜੀ ਕਿ ਪੰਜਾਬ ਦੇ ਇੱਕ ਬਾਬੇ ਵੱਲੋਂ ਕਰਵਾਈ ਗਈ ਹੈ, ਇਸ ਦੇ ਤਹਿਤ ਜੀਕੇ ਕਿਸੇ ਵੀ ਅਜਿਹੇ ਆਗੂ ਦੇ ਨਾਮ ਦਾ ਖੁਲਾਸਾ ਨਹੀਂ ਕਰਨਗੇ ਜਿਸ ਨੇ ਦਿੱਲੀ ਵਿੱਚ ਗੋਲਕ ਲੁੱਟਣ ਲਈ ਉਸਦਾ ਸਾਥ ਦਿੱਤਾ ਹੋਵੇ। ਬਦਲੇ ਵਿੱਚ ਜੀਕੇ DSGMC ਦਫ਼ਤਰ ਵਿੱਚ ਆਪਣਾ ਅਹੁਦਾ ਬਰਕਰਾਰ ਰੱਖਣਗੇ। ਸੂਤਰਾਂ ਮੁਤਾਬਕ ਜੀਕੇ ਨੂੰ ਇਹ ਵੀ ਵਾਅਦਾ ਕੀਤਾ ਗਿਆ ਉਹਨਾਂ ਨੂੰ ਪੁਲਿਸ, ED ਅਤੇ ਬਾਕੀ ਜਿੱਥੇ ਵੀ ਲੋੜ ਮੁਤਾਬਕ ਹਰ ਤਰ੍ਹਾਂ ਦੇ ਕਾਨੂੰਨ ਦੀ ਮਦਦ ਕੀਤੀ ਜਾਵੇਗੀ। ਸਰਨਾ ਮੁਤਾਬਕ ਇਹੀ ਕਾਰਨ ਹੈ ਕਿ ਹਜੇ ਤੱਕ ਕਮੇਟੀ ਦੀਆਂ ਚੋਣਾਂ ਬਾਰੇ ਕੋਈ ਚਰਚਾ ਨਹੀਂ ਹੋਈ ਹੈ, ਜਿਸ ਦਾ ਜ਼ਿਕਰ ਜੀਕੇ ਅਤੇ ਸਿਰਸਾ ਵੱਲੋਂ ਇਹ ਕਹਿ ਕੇ ਕੀਤਾ ਗਿਆ ਸੀ ਕਿ ਇਸ ਮਹੀਨੇ ਦੀ ਆਖਰ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਸਰਨਾ ਦਾ ਕਹਿਣਾ ਹੈ ਕਿ ਬਾਦਲ ਅਤੇ DSGMC ਵਿੱਚ ਬੈਠੇ ਉਹਨਾਂ ਦੇ ਏਜੰਟਾਂ ਨੇ ਦਿੱਲੀ ਦੀ ਸੰਗਤ ਨੂੰ ਵੱਡਾ ਧੋਖਾ ਦਿੱਤਾ ਹੈ। ਸਰਨਾ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਇਸ ਮਾਮਲੇ 'ਚ ਛੇਤੀ ਹੀ ਕਾਨੂੰਨ ਦਾ ਸਹਾਰਾ ਲੈ ਕੇ ਬਾਦਲਾਂ ਵੱਲੋਂ ਦਿੱਲੀ ਦੀ ਸੰਗਤ ਨਾਲ ਰਾਤੋ ਰਾਤ ਕੀਤੇ ਗਏ ਧੋਖੇ ਦਾ ਖੁਲਾਸਾ ਕਰੇਗੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।